ਘੱਟ ਵੱਧ ਲੋਕ ਜਿਹੜੇ ਕਿ ਪਹੁੰਚਦੇ ਹੋਏ ਨਜ਼ਰ ਆ ਰਹੇ, ਕਿਉਂਕਿ ਸਵੇਰੇ ਪਹਿਲਾਂ ਬਜ਼ੁਰਗ ਕੁਛ ਇੱਥੇ ਪਹੁੰਚੇ ਸੀਗੇ। ਸ਼ਾਇਦ ਬਜ਼ੁਰਗ ਸਮਝਦੇ ਨੇ ਕਿ ਸਾਡੀ ਇਹ ਜ਼ਿੰਮੇਦਾਰੀ ਹੈ, ਜਿਸ ਕਰਕੇ ਉਹ ਲੋਕ ਸਵੇਰੇ ਪਹਿਲਾਂ ਹੀ ਇੱਥੇ ਪਹੁੰਚ ਗਏ ਸੀ। ਤਸਵੀਰਾਂ ਦਿਖਾ ਰਹੇ ਬੂਥ ਨੰਬਰ 9 ਦੀ ਹੈ, ਇਹਦੇ ਅੰਦਰ 3 ਬੂਥ ਜਿਹੜੇ ਕਿ ਬਣੇ ਹੋਏ ਨੇ। ਸਭ ਤੋਂ ਪਹਿਲਾਂ ਗੇਟ ਤੋਂ ਜਿਹੜੇ ਕਿ ਸਿਕਿਉਰਿਟੀ ਦੇ ਇੰਤਜ਼ਾਮ ਹੈਗੇ ਆ, ਕੋਈ ਵੀ ਵਿਅਕਤੀ ਜੇਕਰ ਇੱਥੇ ਪਹੁੰਚਦਾ ਵੈ ਤੇ ਸਭ ਤੋਂ ਪਹਿਲਾਂ ਉਹਦਾ ਜਿਹੜਾ ਪਰਚੀ ਹੈਗੀ ਜਾਂ ਫਿਰ ਉਹਦਾ ਆਇਡੈਂਟੀ ਕਾਰਡ ਹੈ ਉਹਨੂੰ ਚੈੱਕ ਕੀਤਾ ਜਾਂਦਾ ਵੈ। ਉਸ ਤੋਂ ਬਾਅਦ ਉਹ ਵਿਅਕਤੀ ਅੰਦਰ ਆਏਗਾ। ਉਸ ਤੋਂ ਬਾਅਦ ਦੇਖ ਸਕਦੇ ਹੋ ਘੇਰਾ ਬਣਿਆ ਹੋਇਆ ਵੈ, ਅੰਦਰ ਜਿਹੜੇ ਕਿ 3 ਬੂਥ ਬਣੇ ਹੋਏ ਆ ਤੇ ਅੰਦਰ ਜਾ ਕੇ ਵਿਅਕਤੀ ਜਿਹੜਾ ਕੀ ਹੈ ਵੋਟ ਕਰ ਸਕਦਾ, ਕਿਉਂਕਿ ਕੁੱਲ 181 ਬੂਥ ਜਿਹੜੇ ਕਿ ਬਣੇ ਹੋਏ ਆ ਤੇ 1,70,000 ਤੋਂ ਜ਼ਿਆਦਾ ਵੋਟਰਸ ਨੇ, ਕਿਉਂਕਿ ਪਿੱਛੇ ਵੀ ਇਲੈਕਸ਼ਨਾਂ 'ਚ ਦੇਖਿਆ ਕਿ 60% ਤੋਂ ਘੱਟ ਵੋਟਿੰਗ ਹੋਈ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਵੋਟਿੰਗ ਹੋਵੇ, 70% ਤੱਕ ਵੋਟਿੰਗ ਹੋਵੇ, ਕਿਉਂਕਿ ਪਿਛਲੀ ਵਾਰ ਵੀ ਟੀਚਾ ਰੱਖਿਆ ਸੀਗਾ। ਤੁਸੀਂ ਦੇਖ ਰਹੇ ਕਿ ਇੱਕਾ ਦੁੱਕਾ ਲੋਕ ਜਿਹੜੇ ਕਿ ਹੌਲੀ ਹੌਲੀ ਪਹੁੰਚਦੇ ਪਏ ਨੇ ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਪਏ ਨੇ, ਕਿਉਂਕਿ ਕੁਝ ਸਮੇਂ ਪਹਿਲਾਂ ਹੀ ਹੁਣੀ ਵੋਟ ਪਾ ਕੇ ਹਟੇ ਨੇ। ਗਰਮੀ ਦਾ ਵੀ ਦੌਰ ਹੈ ਤੇ ਇਸ ਲਈ ਕਈ ਲੋਕ ਕੋਸ਼ਿਸ਼ ਕਰਦੇ ਕਿ ਪਹਿਲੇ ਟਾਈਮ ਹੀ ਪਾ ਜਿਹੜਾ ਜਾ ਕੇ ਜਿਹੜਾ ਕਿ ਵੋਟ ਪਾ ਕੇ ਆਈਏ। ਤਸਵੀਰਾਂ ਦੇਖਦੇ ਪਏ ਹੋ ਅੰਦਰ, ਇੱਥੇ ਕੁਝ ਦੇਰ 'ਚ ਜਿਹੜੇ BSP ਦੇ ਉਮੀਦਵਾਰ ਹੈ ਉਹ ਵੀ ਇੱਥੇ ਆ ਕੇ ਵੋਟ ਪਾਉਣਗੇ। ਤੁਸੀਂ ਦੇਖ ਰਹੇ ਕਿ ਬਜ਼ੁਰਗ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ। ਮੈਡਮ ਕੀ ਨਾਮ ਹੈ ਤੁਹਾਡਾ? ਸੁਰਿੰਦਰ ਕੌਰ। ਮੈਡਮ ਥੋੜੇ ਦਿਨ ਪਹਿਲਾਂ ਹੀ ਵੋਟ ਪਾਈ ਸੀਗੀ, ਹੁਣ ਦੁਬਾਰਾ ਪਾਣੀ ਪੈ ਰਹੀ ਹੈ, ਪਹਿਲੇ ਟਾਈਮ ਆ ਕੇ ਵੋਟ ਪਾ ਰਹੇ ਹਾਂ? ਪਹਿਲੇ ਟਾਈਮ ਹੀ ਵੋਟ ਪਾਉਣ ਲੱਗੇ। ਤੁਸੀਂ ਦੇਖਿਆ ਕਿ ਲੋਕਾਂ 'ਚ ਰੋਸ਼ ਵੀ ਹੈਗਾ ਵਾ, ਕਹਿੰਦੇ ਕਿ ਇਹ ਤਮਾਸ਼ੇ ਹੋ ਰਹੇ ਆ, ਇਸ ਕਰਕੇ ਪਰ ਅਸੀਂ ਆਪਣੀ ਜ਼ਿੰਮੇਦਾਰੀ ਸਮਝ ਕੇ ਜਿਹੜਾ ਕੀ ਹੈ ਵੋਟ ਪਾਉਣ ਲਈ ਪੁੱਛਦੇ ਪਏ ਹਾਂ। ਤੇ ਲਗਾਤਾਰ ਤਸਵੀਰ ਦੇਖਦੇ ਪਏ ਇੱਕ ਜੋੜਾ, ਇਹ ਬਜ਼ੁਰਗ ਜੋੜਾ ਹੈਗਾ, ਪਰ ਕਿਤੇ ਨਾ ਕਿਤੇ ਗੁੱਸਾ ਤਾਂ ਹੈਗਾ ਅੰਦਰ, ਪਰ ਫਿਰ ਵੀ ਜਿਹੜਾ ਕਿ ਵੋਟ ਪਾਉਣ ਲਈ ਜ਼ਰੂਰ ਪਹੁੰਚਦੇ ਪਏ, ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਵੋਟ ਪਾਉਣਾ ਆਪਣੀ ਜ਼ਿੰਮੇਦਾਰੀ, ਇੱਕ ਚੰਗਾ ਉਮੀਦਵਾਰ ਚੁਣਨਾ ਜਿਹੜਾ ਕਿ ਆਪਣੀ ਜ਼ਿੰਮੇਦਾਰੀ ਹੈਗੀ। ਤੇ ਦੇਖ ਸਕਦੇ ਕਿ ਉਹ ਜਿੱਦਾਂ ਹੀ ਅੰਦਰ ਆਏ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਕੀ ਹੈ ਜਿਹੜੀ ਸਲਿੱਪ ਹੈ ਉਹ ਚੈੱਕ ਹੁੰਦੀ ਹੈ, ਤੇ ਉਸ ਤੋਂ ਬਾਅਦ ਅੰਦਰ ਜਾ ਕੇ ਹੁਣ ਉਹ ਜਿਹੜਾ ਕਿ ਆਪਣਾ ਮਤਦਾਨ ਕਰਨਗੇ, ਕਿਉਂਕਿ ਇਹ ਸੀਟ ਕਹਿ ਸਕਦੇ ਕਿ ਕਾਫੀ ਜ਼ਰੂਰੀ ਹੋ ਚੁੱਕੀ ਹੋਈ ਹੈ। ਸਾਰੀ ਹੀ ਪਾਰਟੀਆਂ ਨੇ ਜਿਹੜੇ ਕਿ ਪੂਰੀ ਤਰ੍ਹਾਂ ਜ਼ੋਰ ਲਗਾਇਆ, ਕਿਉਂਕਿ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰ ਲਈਏ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਕਿ ਇਸ ਸੀਟ ਨੂੰ ਦੇਖਿਆ ਹੈਗਾ ਵੈ ਤੇ ਮੁੱਛ ਦਾ ਸਵਾਲ ਬਣੀ ਹੋਈ ਸੀ ਸੀਟ, ਇਸ ਲਈ ਪੂਰੀ ਤਰ੍ਹਾਂ ਜ਼ੋਰ ਲਗਾਇਆ ਵੈ। ਮੈਂ ਤਸਵੀਰਾਂ ਦਿਖਾਉਣਾ ਪਿਆ ਇੱਥੇ ਕਿ ਕਿਸ ਤਰ੍ਹਾਂ ਜਿਹੜੀ ਕਿ ਚੈਕਿੰਗ ਹੁੰਦੀ ਹੈ ਕੋਈ ਵੀ ਵਿਅਕਤੀ ਜਦੋਂ ਅੰਦਰ ਜਾਂਦਾ ਪਿਆ ਵੈ ਤੇ ਉਹਦੀ ਜਿਹੜੀ ਲਿਸਟ ਹੈਗੀ ਪਹਿਲਾਂ ਉੱਥੇ ਨਾਮ ਦੇਖਿਆ ਜਾਂਦਾ ਵੈ, ਦੋਨੋਂ ਲਿਸਟਾਂ ਟਿਕ ਹੋ ਜਾਂਦਾ, ਉਸ ਤੋਂ ਬਾਅਦ ਜਾ ਕੇ ਵੋਟ ਡਾਲਦਾ। ਤੇ ਪਹਿਲਾਂ ਹੀ ਜਿਹੜੇ ਕਿ ਗੱਲ ਕਲੀਅਰ ਹੋ ਗਈ ਸੀ ਕਿ ਮਿਡਲ ਫਿੰਗਰ ਵਿੱਚ ਜਿਹੜੀ ਕਿ ਇਸ ਵਾਰੀ ਜਿਹੜੀ ਸ਼ਾਹੀ ਲੱਗੂਗੀ, ਕਿਉਂਕਿ ਕੁਝ ਦਿਨ ਪਹਿਲਾਂ ਹੀ ਹੱਥਾਂ ਤੇ ਸ਼ਾਹੀ ਲੱਗੀ ਸੀ ਤੇ ਉਹ ਜਲਦੀ ਮਿਟਣ ਵਾਲੀ ਨਹੀਂ ਹੈਗੀ, ਇਸ ਕਰਕੇ ਜਿਹੜੀ ਮਿਡਲ ਫਿੰਗਰ ਹੈ ਉਹਦੇ ਉੱਤੇ ਜਿਹੜੀ ਕਿ ਵੈਸਟ ਦੇ ਲੋਕ ਜਿਹੜੀ ਕਿ ਸ਼ਾਹੀ ਲਾਣਗੇ। ਤੇ ਸਵੇਰ ਤੋਂ ਹੁਣ ਲੋਕ ਤਾਣੇ ਸ਼ੁਰੂ ਹੋ ਚੁੱਕੇ ਹੋਏ ਆ ਤੇ ਵੇਖਣ ਵਾਲੀ ਗੱਲ ਹੋਊਗੀ ਕਿ ਵੋਟਿੰਗ ਪਰਸੈਂਟੇਜ ਕਿੰਨੀ ਹੋਊਗੀ, ਕਿਉਂਕਿ ਇਹਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਕਿ ਜੇਕਰ ਵੋਟਿੰਗ ਪਰਸੈਂਟੇਜ ਘੱਟ ਹੁੰਦੀ ਹੈ ਤਾਂ ਕਿਹਨੂੰ ਫਾਇਦਾ ਹੋਊਗਾ, ਜੇਕਰ ਜ਼ਿਆਦਾ ਹੁੰਦੀ ਹੈ ਤਾਂ ਕਿਸ ਨੂੰ ਫਾਇਦਾ ਹੋਊਗਾ, ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਤੇ ਬਾਕੀ ਕੱਲ੍ਹ ਬਹੁਤ ਸਾਰੇ ਹੰਗਾਮੇ ਹੋਏ, ਕੱਲ੍ਹ ਦਾ ਦਿਨ ਕਾਫੀ ਹੰਗਾਮਿਆਂ ਭਰਿਆ ਨਿਕਲਿਆ ਵੈ, ਬਹੁਤ ਸਾਰੇ ਇਲਜ਼ਾਮ ਲੱਗੇ ਇੱਕ ਦੂਜੇ ਦੇ ਉੱਤੇ, ਬਹੁਤ ਸਾਰੇ ਕੈਸੇ ਗੱਲਾਂ ਵੇਖਣ ਮਿਲੀ। ਰਾਤ ਤੱਕ ਵੀ ਕਈ ਕੈਂਡੀਡੇਟ ਜਿਹੜੇ ਸੀਗੇ ਉਹ ਸੜਕਾਂ ਤੇ ਨਿਤਰੇ ਹੋਏ ਸੀਗੇ ਤੇ ਅਲੱਗ ਅਲੱਗ ਪਾਰਟੀਆਂ ਤੇ ਇਲਜ਼ਾਮ ਜਿਹੜੇ ਕਿ ਲਗਾਤਾਰ ਲਗਾਉਂਦੇ ਪਏ ਸੀਗੇ, ਪਰ ਹੁਣ ਹਜੇ ਮਾਹੌਲ ਸ਼ਾਂਤ ਹੈਗਾ, ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ, ਸਵੇਰ ਤੋਂ ਹੀ ਸਿਕਿਉਰਿਟੀ ਕਾਫੀ ਟਾਈਟ ਹੈਗੀ ਹੈ। ਮੀਡੀਆ ਕਰਮੀ ਵੀ ਉਹੀ ਅੰਦਰ ਆ ਸਕਦਾ ਵੈ, ਜਿਹਦੇ ਕੋਲ ਜਿਹੜੇ ਕਿ ਖਾਸ ਜਿਹੜਾ ਪਾਸ ਬਣਿਆ ਹੋਇਆ ਉਹੀ ਵਿਅਕਤੀ ਅੰਦਰ ਆ ਸਕਦਾ, ਉਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਨਾ ਹੀ ਬੂਥ ਦੇ ਨੇੜੇ ਤੇੜੇ ਕੋਈ ਖੜੇ ਹੋਣ ਦਿੰਦੇ ਪਏ ਹੈ ਤੇ ਨਾ ਹੀ ਉਹ ਵਿਅਕਤੀ ਜਿਹੜਾ ਕਿ ਅੰਦਰ ਆ ਸਕਦਾ ਵੈ। ਤੇ ਲਗਾਤਾਰ ਤੁਸੀਂ ਤਸਵੀਰਾਂ ਦੇਖਦੇ ਪਏ ਹੋ ਕਿ ਜਿਹੜੇ ਬਜ਼ੁਰਗ ਹੀ ਤੁਹਾਨੂੰ ਜ਼ਿਆਦਾਤਰ ਦਿਖਾਈ ਦੇਵੋਗੇ, ਕਿਉਂਕਿ ਕਿਤੇ ਨਾ ਕਿਤੇ ਉਹ ਆਪਣੀ ਜਿਹੜੀ ਡਿਊਟੀ ਹੈ ਉਹਨੂੰ ਫੁਲਫਿਲ ਕਰਦੇ ਹੋਏ ਨਜ਼ਰ ਆ ਰਹੇ ਆ। ਦੇਖ ਰਹੇ ਕਿ ਹੱਥਾਂ 'ਚ ਉਹਨਾਂ ਦੇ ਕਾਰਡ ਫੜੇ ਹੋਏ ਨੇ, ਕਾਰਡ ਦਿਖਾ ਕੇ ਜਿਹੜੇ ਕਿ ਉਹ ਆਪਣਾ ਅੰਦਰ ਜਾਣਗੇ ਤੇ ਉਸ ਤੋਂ ਬਾਅਦ ਸ਼ਾਹੀ ਲਗਵਾ ਕੇ ਜਿਹੜੇ ਕਿ ਬਾਹਰ ਆਣਗੇ। ਤੇ ਸਵੇਰੇ 7 ਵਜੇ ਤੋਂ ਜਿਹੜੇ ਕਿ ਲੋਕ ਆਉਣੇ ਸ਼ੁਰੂ ਹੋ ਚੁੱਕੇ, ਇੱਕ ਚੰਗੀ ਗੱਲ ਇਹ ਹੈਗੀ ਹੈ ਕਿ ਲੋਕ ਆਉਣੇ ਸ਼ੁਰੂ ਹੋ ਗਏ, ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ, ਗਰਮੀ ਦਾ ਮਾਹੌਲ ਹੈਗਾ ਤੇ ਉਹਨੂੰ ਦੇਖ ਕੇ ਅਸੀਂ ਕਹਿ ਸਕਦੇ ਕਿ ਚੰਗੀ ਗੱਲ ਹੈ ਕਿ ਲੋਕ ਜਿਹੜੇ ਕਿ ਪਹੁੰਚ ਰਹੇ ਨੇ, ਆਪਣੀ ਡਿਊਟੀ ਨੂੰ ਜਿਹੜੇ ਕੀ ਹੈ ਸਮਝਦੇ ਪਏ ਨੇ ਕਿ ਅਸੀਂ ਵੋਟ ਪਾਉਣਾ ਜਿਹੜਾ ਕੀ ਹੈ
ਬੇਹਦ ਜ਼ਰੂਰੀ ਹੈ। ਜਿੱਤੂਗਾ ਕੌਣ ਇਹ ਤਾਂ 13 ਤਰੀਕ ਨੂੰ ਸਾਫ਼ ਹੋਊਗਾ, ਕਿਉਂਕਿ 13 ਤਰੀਕ ਨੂੰ ਜਿਹੜੀ ਕਿ ਕਾਊਂਟਿੰਗ ਹੋਣੀ ਸ਼ੁਰੂ ਹੋਊਗੀ। ਲੇਕਿਨ ਅੱਜ ਵੋਟਿੰਗ ਪਰਸੈਂਟੇਜ ਕਿੰਨੀ ਹੁੰਦੀ ਹੈ ਇਹ ਵੀ ਦੇਖਣ ਵਾਲੀ ਗੱਲ ਹੋਊਗੀ, ਕਿਉਂਕਿ ਪ੍ਰਸ਼ਾਸਨ ਵੱਲੋਂ ਤਾਂ ਲਗਾਤਾਰ ਹੀ ਅਪੀਲ ਕੀਤੀ ਜਾ ਰਹੀ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਜਿਹੜੇ ਕਿ ਆਪਣੇ ਘਰਾਂ ਤੋਂ ਬਾਹਰ ਆਉਣ ਅਤੇ ਵੋਟਿੰਗ ਜ਼ਰੂਰ ਕਰਨ, ਇਸ ਦਿਨ ਨੂੰ ਛੁੱਟੀ ਦਾ ਦਿਨ ਨਾ ਮੰਨਿਆ ਜਾਵੇ ਬਲਕਿ ਆਪਣੀ ਵੋਟਿੰਗ ਦਾ ਜਿਹੜਾ ਕਿ ਇਸਤੇਮਾਲ ਜਿਹੜਾ ਕਿ ਉਹ ਲੋਕ ਜ਼ਰੂਰ ਕਰਨ।